अगर आपने हमारे चैनल को सब्सक्राइब नहीं किया है तो इसे सब्सक्राइब कर लें। पूर्व मुख्यमंत्री पंजाब ने कहा राहुल गांधी प्रधानमंत्री बनने की सोच रहे हैं मगर उनके पास कोई तजुर्बा नहीं है, वह कभी कैबिनेट मंत्री भी नहीं रहे। देश को चलाने के लिए हर तरह का तजुर्बा होना चाहिए जैसे नरेंद्र मोदी के पास है। पत्रकारों से बातचीत करते हुए कहा कि जो भी नेता अपनी माँ पार्टी से गद्दारी करता है वह कभी कामयाब नहीं हो सकता। जैसे सेखवा पोलिटिकल पार्टियां ने ये नुकसान किया, यादव है, कुर्मी है, फलाना है, वोटर लैंड वास्ते एक्सप्लॉइट कर ले। जो तो इंसान फर्क ही नहीं अपन समझे, देखो सानू तक संगत पंगत जो सानू गुरु साहब ने दसिया वो तो बिल्कुल एक चीज है सारे। वो नहीं मैं ये नहीं कहना, मैं कहना भी ये नहीं करना चाहिए। कल होर मेरे मोहर पा लो हर तैयारी पार्टियां की होंगी है पर नेड़े आके सारे फैसले होने हैं। ਚੰਗਾ ਹੁਣ ਸਾਨੂੰ ਵੀ ਛੁੱਟੀ ਦੇ ਦਿਓ ਤੇ ਮੋਦੀ ਸਾਹਿਬ ਵੀ ਆ ਰਹੇ ਨੇ ਤੁਹਾਡੀਆਂ ਰੈਲੀਆਂ 'ਚ ਇੱਥੇ ਜੀ ਪਹੁੰਚਣਗੇ ਜ਼ਰੂਰ। ਓਏ ਆਉਣਾ ਹੀ ਆ ਹੁਣ ਸਾਰਾ ਹੁਣ ਅਗਲੇ ਦਿਨਾਂ 'ਚ ਕਿਉਂਕਿ ਦੇਖ ਬੇਤੇ ਰਹਿ ਗਏ। ਸਰ 19 ਦੀ ਫਾਈਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਹਾਊ ਯੂ ਸੀਜ਼ ਦੈਟ 14 ਤੋਂ ਲੈ ਕੇ 19 ਤੱਕ ਦਾ ਜੋ ਐਨਡੀਏ ਦਾ ਕੰਮ ਰਿਹਾ ਮਿਸਟਰ ਨਰਿੰਦਰ ਮੋਦੀ ਰਿਸਪੈਕਟਡ ਪ੍ਰਾਈਮ ਮਿਨਿਸਟਰ ਆਫ ਇੰਡੀਆ ਮੋਦੀ ਜੀ ਦੀ ਅਰਗੀ ਪਰਸਨੈਲਿਟੀ ਜਾਂ ਤਜਰਬੇ ਦੇਸ਼ ਨੇ ਇਹ ਵੇਖਣਾ ਹੈ ਕਿ ਸਾਡਾ ਪ੍ਰਧਾਨ ਮੰਤਰੀ ਕੌਣ। ਦੇਖੋ ਅਸਲੀ ਔਰ ਇਲੈਕਸ਼ਨ ਕੀ ਹੈ, ਇਹ ਨਹੀਂ ਫਲਾਨਾ ਐਮ ਪੀ ਹੋਵੇ ਫਲਾਨਾ ਐਮ ਪੀ ਹੈ। ਲੋਕਾਂ ਨੇ ਇਹ ਸੋਚਣਾ ਕਿ ਸਾਡਾ ਪ੍ਰਧਾਨ ਮੰਤਰੀ ਕੌਣ ਹੈ। ਔਰ ਮੈਂ ਸਮਝਦਾ ਹਾਂ ਕਿ ਇਸ ਵੇਲੇ ਇਸ ਸਟੇਜ 'ਤੇ ਕੋਈ ਇਹੋ ਜਿਹਾ ਆਲਟਰਨੇਟਿਵ ਨਹੀਂ ਜਿਹੜਾ ਕਿ ਪ੍ਰਧਾਨ ਮੰਤਰੀ ਸ਼ਿਪ ਕਰ ਸਕੇ। ਦੇਖੋ ਐਡਮਿਨਿਸਟ੍ਰੇਸ਼ਨ ਦਾ ਤਜਰਬਾ ਹੁੰਦਾ ਹੁਣ ਇੰਸਟੀਟਿਊਸ਼ਨ ਸਰ। ਮੈਂ ਛੋਟੀ ਗੱਲ ਬੀ ਪੀ ਜੀ ਪ੍ਰਿੰਸੀਪਲ ਹੈ ਫਰਜ਼ ਕਰੋ ਤਾਂ ਇਸ ਲਾਈਨ ਦੇ ਇਹਨਾਂ ਨੂੰ ਤਜਰਬਾ ਹੈ, ਕੁਆਲੀਫਿਕੇਸ਼ਨ ਆਸੀ ਹੈ। ਮੋਦੀ ਜੀ ਹੇਠਾਂ ਤੋਂ ਚੱਲੇ ਹੈ, ਚੀਫ ਮਿਨਿਸਟਰ ਵੀ ਰਹੇ, ਹੋਰ ਵੀ ਹੇਠਾਂ ਕੰਮ ਕਰਦੇ ਰਹੇ, ਪ੍ਰਾਈਮ ਮਿਨਿਸਟਰ ਦਾ ਵੀ ਤਜਰਬਾ ਹੋ ਗਿਆ। ਹੁਣ ਆਪਾਂ ਕਾਰ ਫੜਾਉਣੀ ਹੈ ਜਾਂ ਬੱਸ ਫੜਾਉਣੀ ਹੈ, ਇਹਨੇ ਵੀ ਕੋਈ ਚਲਾ ਲੂਗਾ, ਉਹੀ ਚਲਾਊ ਨਾ ਜਿਹੜਾ ਜਿਹਦੇ ਕੋਲ ਐਕਸਪੀਰੀਅੰਸ ਹੈ ਜਾਂ ਲਾਇਸੈਂਸ ਵੀ ਹੈ। ਇਹ ਹੁਣ ਰਾਹੁਲ ਸਾਹਿਬ, ਮੈਂ ਕਿਸੇ ਦੀ ਜਿਹੜਾ ਇੱਜ਼ਤ ਦੇ ਵਰ ਖਿਲਾਫ ਨਹੀਂ ਬੋਲਦਾ, ਮੈਂ ਤਾਂ ਕਦੇ ਨਾ ਬੋਲਿਆ ਨਾ ਬੋਲਣਾ, ਪਰ ਉਹ ਤਾਂ ਕਦੇ ਮਿਨਿਸਟਰ ਵੀ ਨਹੀਂ ਰਹੇ ਜਾਂ ਐਜ਼ ਐਡਮਿਨਿਸਟ੍ਰੇਸ਼ਨ ਕੋਈ ਪੀ ਸੀ ਐੱਸ ਅਫਸਰ, ਕੋਈ ਆਈ ਏ ਐੱਸ ਅਫਸਰ ਜਿਹਨੂੰ ਐਡਮਿਨਿਸਟ੍ਰੇਸ਼ਨ ਦਾ, ਇੱਕ ਦੇਸ਼ ਨੂੰ ਕਿਵੇਂ ਚਲਾਉਣਗੇ? ਨਹੀਂ, ਮੈਂ ਇਨਕੈਪੇਬਲ ਕਿਸੇ ਨੂੰ ਨਹੀਂ ਆਦਾ, ਮੇਰਾ ਮਤਲਬ ਹੈ ਐਕਸਪੀਰੀਅੰਸ ਇਜ਼ ਮਸਟ। ਕੋਈ ਚੀਜ਼ ਤੁਸੀਂ ਜਰਨਲਿਸਟ ਹੋ, ਤੁਸੀਂ ਇਹ ਤਾਂ ਨਹੀਂ ਹਰ ਕੋਈ ਜਰਨਲਿਸਟ ਬਣ ਜੂ। ਮੈਨੂੰ ਕੋਈ ਕਹੇ ਤੂੰ ਜਰਨਲਿਸਟ ਬਣ ਜਾ, ਮੈਂ ਨਹੀਂ ਬਣ ਸਕਦਾ, ਆਈ ਹੈਵ ਨੋ ਐਕਸਪੀਰੀਅੰਸ। ਤੁਹਾਡੀ ਆਪਣੀ ਲਾਈਨ ਹੈ, ਤੁਹਾਡਾ ਆ ਫੋਟੋਗ੍ਰਾਫਰ ਹੈ, ਤੁਸੀਂ ਇਹ ਫੋਟੋ ਨਹੀਂ ਲੈ ਸਕਦੇ, ਤੁਹਾਡੀ ਲਾਈਨ ਹੈ ਨਾ ਤਜਰਬਾ, ਜਿਹਨੂੰ ਤਜਰਬਾ ਹੀ ਕੋਈ ਨਹੀਂ। ਅਤੇ ਉਹ ਨਾਲੇ ਇੰਨਾ ਖਿਚੜੀ ਜੀ ਇਕੱਠੀ ਹੋ ਰਹੀ ਜਿਹੜੀ ਕਿੱਥੇ ਹੁਣ ਆ ਵੀ ਦੀ ਨਹੀਂ ਇਕੱਠ, ਕਦੇ ਘਰ ਨਹੀਂ ਇਕੱਠਾ ਹੁੰਦਾ, ਦੋ ਭਰਾ ਜੀ ਇਕੱਠੇ ਨਹੀਂ ਹੁੰਦੇ, ਇੰਨੀ ਇੰਨੀ ਪਾਰਟੀਆਂ ਕਿੱਥੇ ਗਏ? ਜਿਹੜੇ ਬੰਦੇ ਜਾਂਦੇ ਰਹਿੰਦੇ, ਮੈਂ ਆਪ ਇੱਕ ਦੀ ਨਹੀਂ, ਦੂਜੇ ਪਾਰਟੀਆਂ 'ਚ ਵੀ ਹੈ, ਇਹ ਪਤਾ ਨਹੀਂ ਕਿਉਂ ਫਿਰ ਛੱਡ ਜਾਂਦੇ ਪਾਰਟੀ ਨੂੰ। ਮੈਂ ਤਾਂ ਵੇਖੋ ਜੀ ਲੱਕੀਐਸਟ ਮੈਂ ਪਰਮਾਤਮਾ ਨੇ 5 ਵਾਰੀ ਮੈਂ ਚੀਫ ਮਿਨਿਸਟਰ ਬਣ ਗਿਆ, ਸੈਂਟਰ 'ਚ ਵੀ ਬਣ ਗਿਆ, ਫਿਰ ਮੈਨੂੰ ਸਭ ਤੋਂ ਵੱਡਾ ਖਾਲਸਾ ਪੰਥ ਜੋ ਇੱਜ਼ਤ ਮਾਨ ਤੋਂ ਦਿੱਤਾ, ਸੈਂਟਰ ਨੇ ਦਿੱਤਾ, ਦੇਸ਼ ਨੇ ਦਿੱਤਾ, ਅਤੇ ਇੱਦੋਂ ਵੱਡਾ ਹੋਰ ਕੀ ਕੁਛ ਹੋ ਸਕਦਾ? ਅਤੇ ਜੇ ਕੋਈ ਪਾਰਟੀ ਨੇ ਬਟਰੇਲ ਕਰੇ, ਪਾਰਟੀ ਕਰਕੇ ਹੀ ਹੋਇਆ ਨਾ ਜੀ ਇਹ। ਦੇਖੋ ਮਜੈਲਾ ਨੂੰ, ਦੇਖੋ ਨਾ ਕੋਈ ਮਜੈਲ ਹੈ, ਨਾ ਮਲਵਈ ਹੈ, ਨਾ ਕੋਈ ਹੈ, ਨਾ ਵੇਖੋ ਜਿਹੜਾ ਆਪਾਂ ਨੂੰ ਦੱਸਿਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਠੀਕ ਹੈ ਧਰਮ ਵੱਖਰੇ ਵੱਖਰੇ ਆ ਪਰ ਇਨਸਾਨ ਜਿਹੜਾ ਹੈ ਉਹ ਇੱਕੋ ਗੱਲ ਹੈ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਸਿੱਖ ਹੈ, ਇਹ ਮਤਲਬ ਅਖੀਰ ਇੱਕ ਚੀਜ਼ ਹੈ ਜਿਹੜੀ ਆਪਾਂ ਨੂੰ ਸਾਰੇ ਧਰਮ ਦੱਸਦੇ, ਇਹਨੂੰ ਅਕਾਲ ਪੁਰਖ ਕਹਿ ਦਿਓ ਜਾਂ ਕੋਈ ਹੋਰ ਕੁਛ ਕਹਿ ਦਿਓ। ਅਤੇ ਹੁਣ ਆਪਾਂ ਅਰਦਾਸ ਕਰਦੇ ਹਾਂ, ਦੇਖੋ ਸਾਨੂੰ ਜਿਹੜਾ ਕੁਛ ਸਿਖਾਇਆ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ,
ਜਾਂ ਬਰਦਾਸ਼ਤ ਕਰਨ। ਸਰਬੱਤ ਦਾ ਮਤਲਬ ਹੈ ਕਿ ਨਾ ਪੰਜਾਬ ਦਾ, ਨਾ ਹਿੰਦੁਸਤਾਨ, ਸਾਰੇ ਸੰਸਾਰ ਦਾ ਭਲਾ। ਸੋਚ ਆਪਣੀ ਇਹ ਹੋਣੀ ਚਾਹੀਦੀ ਹੈ, ਸਾਰੇ ਮਨੁੱਖਤਾ ਦਾ ਭਲਾ। ਇਸ ਕਰਕੇ ਇਹ ਛੋਟੀਆਂ ਗੱਲਾਂ ਜਿਹੜੀਆਂ ਯਾਤਰੀਆਂ ਆਜ਼ਾਦਾਂ ਪਾਤਾਂ, ਮੈਂ ਤਾਂ ਇਹਦੇ 'ਚ ਬਿਲੀਵ ਨਹੀਂ ਕਰਦਾ। ਜਿਹੜੇ ਟਕਸਾਲੀ ਕਹਿ ਰਹੇ ਸੇਖਵਾਂ ਅਜਨਾਲਾ ਵੀ ਇੱਥੇ ਪਹੁੰਚੇ ਨੇ ਜੀ, ਹਾਂਜੀ, ਕਹਿੰਦੇ ਅੱਜ ਸੇਖਵਾਂ ਅਜਨਾਲਾ ਵੀ ਇੱਥੇ ਪਹੁੰਚੇ ਹੋਏ ਨੇ ਜੀ, ਆਪਣੇ ਤਖਸੀ ਦਮਦਮਾ ਦੇ ਸਭ ਕੁਝ ਇੱਥੇ ਆਨੰਦਗੜ੍ਹ ਦੇ ਘਰੇ, ਅਤੇ ਉਹ ਕਹਿੰਦੇ ਵੀ ਬਾਦਲਾਂ ਦੇ ਗੜ੍ਹ 'ਚ ਅਸੀਂ ਸਿੰਧ ਲਾਉਣੀ ਹੈ ਜੀ, ਕੀ ਕਹਿਣਾ ਚਾਹੁੰਦੇ ਹਾਂ? ਸਾਡਾ ਕੋਈ ਘਰ, ਸਾਰਾ ਪੰਜਾਬ ਹੀ ਸਾਡਾ ਘਰ ਹੈ, ਅਤੇ ਕੋਈ ਸਾਡਾ ਇਹ ਨਹੀਂ ਵੀ ਆਹ ਘਰ ਹੈ ਜਾਂ ਫਲਾਣਾ ਘਰ ਹੈ। ਅਤੇ ਬਾਕੀ ਹੈ ਕਿ ਦੇਖੋ, ਸ਼੍ਰੋਮਣੀ ਅਕਾਲੀ ਦਲ ਹੈ, ਇਹ ਕੋਈ ਬਾਦਲਾਂ ਦਾ ਘਰ ਨਹੀਂ। ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪੁਰਾਣੀ ਪਾਰਟੀ ਹੈ, ਕਾਂਗਰਸ ਤੋਂ ਬਾਅਦ ਇਹ BJP ਜਾਂ ਕਮਿਊਨਿਸਟ ਪਾਰਟੀਆਂ ਇਹ ਬਾਅਦ 'ਚ ਆਈਆਂ, ਔਰ ਇਹ ਇੱਕ ਅਸੂਲ 'ਤੇ ਚੱਲਣ ਵਾਲੀ ਪਾਰਟੀ ਹੈ, ਜਿਹੜਾ ਸਾਨੂੰ ਗੁਰੂ ਸਾਹਿਬਾਨ ਨੇ ਦੱਸਿਆ, ਬੇਇਨਸਾਫੀ ਜਬਰ ਜ਼ੁਲਮ ਦੇ ਖਿਲਾਫ ਲੜਨਾ, ਅਤੇ ਉਹ ਅਸੀਂ ਜਿੰਨੀਆਂ ਵੀ ਲੜਾਈਆਂ ਦੇਸ਼ ਦੇ ਹਿੱਤੇ, ਪੰਜਾਬ ਦੇ ਹਿੱਤੇ ਹੋਈਆਂ, ਉਹ ਅਕਾਲੀ ਦਲ ਨੇ ਲੜੀਆਂ। ਐਮਰਜੈਂਸੀ ਦੀ ਲੜਾਈ ਅਕਾਲੀ ਦਲ ਨੇ ਲੜੀ ਹੈ, ਪਾਣੀਆਂ ਦੀ ਲੜਾਈ, ਧਰਮ ਯੁੱਧ ਮੋਰਚਾ, ਜਿੰਨੇ ਵੀ ਪੰਜਾਬ ਦੇ ਜਾਂ ਦੇਸ਼ ਦੇ ਹਿੱਤੀਆਂ ਵੱਖਰੀਆਂ ਲੜਾਈਆਂ, ਸਭ ਤੋਂ ਵੱਧ ਅਕਾਲੀ ਦਲ ਨੇ ਲੜੀਆਂ, ਕਿਉਂਕਿ ਜਿੱਥੇ ਵੀ ਬੇਇਨਸਾਫੀ ਹੁੰਦੀ ਹੈ ਉੱਥੇ ਸਾਡਾ ਫਰਜ਼ ਹੈ ਲੜਨਾ। ਇਸ ਕਰਕੇ ਅਸੀਂ ਤਾਂ ਆਪਣੇ ਕਸੂਲ 'ਤੇ ਚੱਲਣ ਵਾਲੇ ਹਾਂ, ਅਤੇ ਟਕਸਾਲੀ ਤਾਂ ਸਾਰੀ ਹੈ, ਕੋਈ ਟਕਸਾਲੀ ਖਾਰ ਮੋਹਰ ਤਾਂ ਲੱਗੀ ਨਹੀਂ ਕਿਸੇ 'ਤੇ, ਇਹ ਟਕਸਾਲੀ ਹੈ, ਟਕਸਾਲੀ ਨਹੀਂ। ਚਲੋ, ਮੈਂ ਜੀ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ। ਉਹ ਕਹਿ ਰਹੇ ਨੇ ਸਰ ਵੀ ਮਹਾਂਗਠਬੰਧਨ ਬਣਾ ਰਹੇ ਹੈਗੇ ਜੀ ਬਾਦਲਾਂ ਦੇ ਖਿਲਾਫ਼, ਜੀ ਜਿਵੇਂ ਉਹ ਸਾਡੇ ਖਿਲਾਫ਼ ਕੀ ਬਣਾਉਣਾ ਬਈ, ਸਾਡੇ ਖਿਲਾਫ਼ ਕੀ ਬੁਲਾਉਣਾ ਹੈ? ਦੇਖੋ, ਇੱਕ ਹਮੇਸ਼ਾ ਕੋਸ਼ਿਸ਼ ਰਹੀ ਹੈ ਕਾਂਗਰਸ ਜਮਾਤ ਦੀ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਜਾਂ ਹੋਰ ਅਕਾਲੀ ਦਲ ਖੜ੍ਹੇ ਕਰਨੇ, ਲੇਕਿਨ ਅੱਜ ਤੱਕ ਤਾਂ ਕਦੇ ਕੋਈ ਕਾਮਯਾਬ ਹੋਇਆ ਨਹੀਂ। ਮਤਲਬ ਮੈਂ 70-80 ਸਾਲ ਤਾਂ ਮੈਨੂੰ ਸਿਆਸਤ 'ਚ ਹੋ ਗਿਆ, ਕਦੇ ਕੋਈ ਖੜ੍ਹੇ ਹੋਏ, ਬੜੇ ਬੜੇ ਹੋਏ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਅਤੇ ਕੋਈ ਕਾਮਯਾਬ ਕੋਈ ਹੈ ਨਹੀਂ, ਕਿਉਂਕਿ ਅਸਲੀ ਚੀਜ਼ ਜਿਹੜੀ ਹੁੰਦੀ ਹੈ ਉਹ ਅਸਲੀ ਹੁੰਦੀ ਹੈ, ਨਕਲੀ ਨਕਲੀ। ਇੱਕ ਕੈਪਟਨ ਸਾਹਿਬ ਨੇ ਜੀ 2 ਵਾਰੀ ਦੌਰਾ ਕੈਂਸਲ ਕਰਤਾ, ਜਿਹਦੇ ਬਾਰੇ ਕੀ ਕਹਿੰਦੇ? 60 ਲੱਖ ਰੁਪਏ ਇਹ ਖਰਚਾ ਵੀ ਹੋ ਚੁੱਕਿਆ ਜੀ, ਬਰਬਾਦ ਹੋ ਚੁੱਕਿਆ, 60 ਲੱਖ ਰੁਪਏ ਕਰਜ਼ਾ ਮਾਫ਼ੀ ਕਰਨੀ ਸੀ, ਕਰਜ਼ਾ ਮਾਫ਼ੀ ਇਹ ਬਿਨਾਂ ਉਸ ਤੋਂ ਵੀ ਦਿੱਤੀ ਜਾ ਸਕਦੀ ਕਿਸਾਨਾਂ ਨੂੰ। ਇਹ ਜਿਹੜਾ ਉਹਨਾਂ ਨੇ ਦੌਰਾ ਮੁਲਤਵੀ ਕੀਤਾ, ਉਹਨਾਂ ਤੋਂ ਪੁੱਛੋ ਕਿ ਉਹ ਕੀਤਾ, ਇਹ ਤਾਂ ਮੈਂ ਕਿਸੇ ਦਾ ਕੋਈ ਜਵਾਬ ਮੈਂ ਤਾਂ ਦੇਣਾ ਨਹੀਂ। ਨਹੀਂ, ਨੁਕਸਾਨ ਜਿਹੜਾ ਹੋਇਆ ਜੀ ਉਹ ਤਾਂ ਜਿਹੜਾ 60 ਲੱਖ ਰੁਪਏ ਬਰਬਾਦ ਹੋ ਚੁੱਕਿਆ ਹੈਗਾ, ਉਹ ਤਾਂ ਪਤਾ ਨਹੀਂ ਕਿੰਨੇ ਅਰਬਾਂ ਨੂੰ ਬਰਬਾਦ ਕਰਦੇ ਹੈ, 60 ਲੱਖ ਦਾ ਇੱਕ ਪ੍ਰੀਖਿਅਨ ਥੋੜ੍ਹਾ ਜਿਹਾ ਹੈ। ਸਰ, ਪਾਰਟੀ ਦੇ ਅੰਦਰ ਇੰਨੀ ਰੈਜ਼ਿਸਟੈਂਸ ਕਿਉਂ ਹੈ? ਵੈਨਐਵਰ ਦਿਸ ਇਜ਼ ਲੋਕ ਸਭਾ ਔਰ ਵਿਧਾਨ ਸਭਾ, ਜਦੋਂ ਵੀ ਕੋਈ ਡਿਊਸ ਹੁੰਦੀਆਂ ਨੇ, ਵਾਈ? अगर आपने हमारे चैनल को सब्सक्राइब नहीं किया है तो इसे सब्सक्राइब कर लें।